परिवार के खाते में 15 लाख रुपए जमा करवाने अच्छे दिन जैसे मोदी के तमाम वादे जुमले साबित हुए हैं, इसलिए वे अब चौकीदार बन बैठे। यही नहीं, नोटबंदी, जीएसटी इत्यादि थोपकर उन्होंने अर्थव्यवस्था को पटरी से उतार दिया है। कांग्रेस पार्टी के लोकसभा हल्का लुधियाना से उम्मीदवार रवनीत सिंह बिट्टू द्वारा आज लुधियाना में जोर शोर से अपना चुनाव प्रचार किया गया। उन्होंने विधानसभा हल्का आतम नगर सेंट्रल और नॉर्थ जोन में जाकर जनता को संबोधित किया और कांग्रेस पार्टी की नीतियों की जानकारी भी दी। देखो, तुम देखते हो, लगातार कवर करते हो जो हालात वेस्ट, जो सेंट्रल, जो ईस्ट, नॉर्थ की गल करते, नॉर्थ चा देख लिया भी किड्डा बड़ा, उरे सब तो वध कांग्रेस उरे आ। ते अज जिन्ने भी तुसी वार्ड जाओगे, इदों बाद हंसराज दे चले हैं, उदों बाद अश्विनी जी दे चले हैं, इदों भी वध कट मिलेगा। तो बहुत बड़ा उत्साह, जोश आ। एको ही गल लोगों के मन चा, बिट्टू बड़ा नहीं, पार्टी बड़ी नहीं, सब तो बड़ी गल है भी मोदी नूं बदलना, मोदी नूं लाउणा लोगों ने। भी जी जिन्हें जी एस टी तो नोटबंदी नाल ते डीजल दाल 90 रुपए 100 रुपए किलो है यार, लोग किवें जोण? ਤੇ ਲੋਕਾਂ ਨੂੰ ਨੋਟਬੰਦੀ ਕਰਕੇ ਸਭ ਕੁਝ ਖੋਲਿਆ, ਲੋਕਾਂ ਨੇ ਆਪਣਾ ਬਦਲਾ ਲੈਣਾ ਹੈ। ਗੁੱਸਾ ਹੈ ਲੋਕਾਂ ਦੇ ਮਨ ਦੇ ਵਿੱਚ, ਵਰਕਰਾਂ ਨੇ ਤਪਦੀ ਗਰਮੀ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਹ ਸਾਬਤ ਕਰ ਦਿੱਤਾ ਕਿ ਸਾਡਾ ਆਉਣ ਵਾਲਾ MP ਸਰਦਾਰ ਰਵਨੀਤ ਸਿੰਘ ਬਿੱਟੂ ਹੈ। ਇੱਥੇ ਹੋਰ ਕਿਸੇ ਦਾ ਨਾਂ ਨੋਮਨੀ ਮੈਂ ਤਾਂ ਬੜਾ ਲੈਣਾ ਵੀ ਨਾ, ਕਿਸੇ ਅਕਾਲੀ ਦਲ ਦਾ ਨਾਂ, ਇੱਕ ਯਾਦ ਜੇ ਤੁਰੇ ਫਿਰਦੇ, ਇਹਨਾਂ ਦਾ ਕੋਈ ਇਸ ਹਲਕੇ ਦੇ ਵਿੱਚ ਆਧਾਰ ਹੈ। ਮੈਂ ਸਮਝਦਾ, ਮੈਂ ਉਹਨਾਂ ਨੂੰ ਮੀਡੀਆ ਦੇ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਤੁਸੀਂ ਬਾਕੀ ਹਲਕਿਆਂ 'ਚ ਨਾ ਭੱਜੇ ਫਿਰੋ। ਜੇ ਬਚਾ ਸਕਦੇ ਹੋ ਤਾਂ ਆਤਮ ਨਗਰ ਅਤੇ ਆਪਦੀ ਸਾਊਥ ਦੇ ਵਿੱਚ ਵੀ ਆਪਦੀ ਸ਼ਾਖ ਬਚਾ ਲਓ। ਤੁਹਾਨੂੰ ਇਹ ਨਹੀਂ ਵੀ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਕੋਈ ਪਿੱਠ ਪਿੱਛੇ ਵਾਰ ਕਰ ਰਿਹਾ, ਤੁਹਾਨੂੰ ਓਪਨ ਚੈਲੰਜ ਦਿੰਦਾ। ਅਜੇ 7-8 ਦਿਨ ਪਏ ਨੇ, ਜੇ ਸ਼ਾਖ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਜੋ ਸਾਡਾ ਅੱਜ ਦਾ ਫੰਕਸ਼ਨ ਹੈ, ਇਹ ਕੋਈ ਜ਼ਿਲ੍ਹਾ ਲੈਵਲ ਦਾ ਫੰਕਸ਼ਨ ਨਹੀਂ ਹੈਗਾ। ਇਹ ਸਾਡੇ, ਕਿਉਂਕਿ ਮੈਂ ਇੱਕ ਵਾਰਡ ਕੌਂਸਲਰ ਵੀ ਹਾਂ, ਇਹ ਜੋ ਰਕੇਸ਼ ਪਾਂਡੇ ਜੀ ਸਾਡੇ ਉੱਤਰੀ ਹਲਕੇ ਦੇ ਵਿਧਾਇਕ ਆ, ਉਹਨਾਂ ਨੇ ਬਿੱਟੂ ਜੀ ਨਾਲ ਮਿਲ ਕੇ ਜੋ ਆਪਣੇ ਉੱਤਰੀ ਹਲਕੇ ਦੇ ਵਿੱਚ ਵਾਰਡ ਵਾਈਜ਼ ਮੀਟਿੰਗਾਂ ਸ਼ੁਰੂ ਕੀਤੀਆਂ, ਉਹਦਾ ਪ੍ਰੋਗਰਾਮ ਦੇ ਤਹਿਤ ਵਾਰਡ ਨੰਬਰ 86 ਜਿੱਥੋਂ ਮੈਂ ਕਹਾਂ ਉਹਦੀ ਇਹਦਾ ਇਹ ਮੀਟਿੰਗ ਹੈ ਇੱਕ। ਇਹ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਆ, ਸਾਡਾ ਸਾਰਾ ਵਾਰਡ ਬੜਾ ਨਿਕਲ ਕੇ ਇੱਥੇ ਆਇਆ, ਔਰ ਵਿਰੋਧੀ ਦੇਖ ਕੇ ਬੜੇ ਇਸ ਗੱਲੋਂ ਉਦਾਸ ਹੋਏ ਹੋਏ ਆ ਕਿ ਬਿੱਟੂ ਜੀ ਦਾ ਅੱਜ ਬੜੇ ਜ਼ੋਰ ਸ਼ੋਰ ਨਾਲ ਕਾਂਗਰਸ ਦਾ ਵਰਕਰ ਨਿਕਲਿਆ ਹੋਇਆ ਬਿੱਟੂ ਦੇ ਹੱਕ ਦੇ ਵਿੱਚ। ਸਾਡੀ ਲੀਡ ਲੁਧਿਆਣੇ ਦੇ 95 ਵਾਰਡ 'ਚੋਂ ਪਿਛਲੀ ਵਾਰੀ ਵੀ ਵੱਧ ਸੀ, ਐਤਕ ਵੀ ਨੰਬਰ 1 'ਤੇ ਵਾਰਡ ਹੋਣਾ ਸਾਡਾ। ਤੁਹਾਡੇ ਸਾਹਮਣੇ ਆ ਜੀ ਸਾਰਾ, ਲੋਕ 2-3 ਘੰਟੇ ਤੋਂ ਬਿੱਟੂ ਜੀ ਦੀ ਵੇਟ ਕਰ ਰਹੇ ਆ, ਔਰ ਕੋਈ ਵੀ ਇੱਕ ਵੀ ਮੈਂਬਰ ਕੁਰਸੀ ਛੱਡ ਕੇ ਨਹੀਂ ਗਿਆ, ਉਹਨਾਂ ਨੂੰ ਮਿਲਣ ਲਈ, ਉਹਨਾਂ ਦੀ ਗੱਲ ਸੁਣਨ ਲਈ ਉਤਾਵਲੇ ਸੀ। ਔਰ ਹਰ ਵਾਰ ਦੀ ਤਰ੍ਹਾਂ ਸਾਡੇ ਇਲਾਕੇ ਦੇ ਵਿੱਚੋਂ ਕਾਂਗਰਸ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਣ ਜਾ ਰਿਹਾ, ਲੋਕਾਂ 'ਚ ਬਹੁਤ ਉਤਸ਼ਾਹ ਆ। ਦੂਜੇ ਦੋਨੋਂ ਕੈਂਡੀਡੇਟਾਂ ਨੂੰ, ਬੈਂਸ ਸਾਹਿਬ ਆਏ ਸੀ ਮੇਰੇ ਖਿਆਲ 4 ਦਿਨ ਪਹਿਲਾਂ, 10 ਬੰਦੇ ਨਾਲ ਸੀ ਅਤੇ 10 ਇੱਥੋਂ ਸੀ, ਵਿਚਾਰੇ ਵਿੱਚੇ ਛੱਡ ਕੇ ਭੱਜ ਗਏ। ਜੋ BJP ਅਕਾਲੀ ਦਲ ਦੇ ਉਮੀਦਵਾਰ ਨੇ, ਉਹ ਤਾਂ ਵਿਚਾਰੇ ਆਪਦੇ ਨਾਂ 'ਤੇ ਵੋਟ ਹੀ ਨਹੀਂ ਮੰਗ ਸਕਦੇ। ਬਹੁਤ ਵਧੀਆ ਜੀ, ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ, ਕਾਂਗਰਸ ਪਾਰਟੀ ਨਾਲ ਖੁੱਲ੍ਹ ਕੇ ਚੱਲ ਰਹੇ ਨੇ ਲੋਕ, ਔਰ ਮੋਦੀ ਜੀ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਨੇ। ਬਹੁਤ ਜ਼ਿਆਦਾ ਵੱਡੀ ਲੀਡ ਨੌਰਥ ਕੌਂਸਟੀਚੁਐਂਸੀ ਤੋਂ ਹੋਣ ਜਾ ਰਹੀ ਹੈ ਬਿੱਟੂ ਜੀ ਦੀ। ਵਾਰਡ ਨੰਬਰ 58 ਦੇ ਵਿੱਚ ਇੱਕ ਬਿੱਟੂ ਜੀ ਦੀ ਬਹੁਤ ਤਗੜੀ ਰੈਲੀ ਹੋਈ ਹੈ, ਜਿਹਦੇ ਵਿੱਚ ਸਾਨੂੰ ਹੋਰ ਹੁੰਗਾਰਾ ਮਿਲਿਆ ਕਿ ਬਿੱਟੂ ਬਹੁਤ ਚੰਗੀਆਂ ਵੋਟਾਂ ਨਾਲ ਹੁੰਮ ਹੁੰਮ ਆ ਕੇ ਜਿੱਤਣਗੇ। ਬਾਕੀ ਕੈਂਡੀਡੇਟਾਂ ਦੀ ਇੱਥੇ ਕੋਈ ਗੱਲਬਾਤ ਹੀ ਹੈ ਨਹੀਂ ਜੀ, ਕਿਉਂਕਿ ਉਹਨਾਂ ਨੇ ਜੋਸ਼ ਕੀਤਾ ਉਹ ਭੁਗਤ ਰਹੇ ਨੇ। ਬਿੱਟੂ ਦੀ ਬੱਲੇ ਬੱਲੇ ਹੈ, ਕਿਉਂਕਿ ਉਹਦੇ ਫਾਦਰ ਦਾਦਾ ਜੀ ਨੇ ਬਹੁਤ ਹੀ ਜ਼ਿਆਦਾ ਲੋਕਾਂ ਦਾ ਪਿਆਰ ਖੱਟ ਕੇ ਆਪਣੀ ਜਾਨ ਨਿਸ਼ਾਵਰ ਕੀਤੀ ਪੰਜਾਬ ਲਈ, ਇਸ ਕਰਕੇ ਬਿੱਟੂ ਹੀ ਜਿਹੜੇ ਆ ਉਹਨੂੰ ਸਾਰੀਆਂ ਵੋਟਾਂ ਮਿਲੀਆਂ ਨੇ, ਔਰ ਬਿੱਟੂ ਨੇ ਜਿੱਤ ਜਾਣਾ। ਬਿੱਟੂ ਦੀ ਬੱਲੇ ਬੱਲੇ ਲੱਖਾਂ ਵੋਟਾਂ ਦੇ ਜਿੱਤਣਗੇ, ਔਰ ਆਉਣ ਵਾਲੇ ਟਾਈਮ 'ਚ ਮਿਨਿਸਟਰ ਬਣਨਗੇ, ਜੋ ਕਿ ਸਾਡੇ ਪੰਜਾਬ ਨੂੰ 1 ਨੰਬਰ 'ਤੇ ਬਣਾਉਣਗੇ। ਰੈਲੀ ਤੁਸੀਂ ਵੀ ਇੱਥੇ ਆਏ ਸੀਗੇ ਜੀ, ਤੁਸੀਂ ਵੀ ਦੇਖੀ ਆ, ਵਾਰਡ ਨੰਬਰ 58 'ਚ ਰੈਲੀ ਨਹੀਂ, ਇੱਕ ਰੈਲਾ ਸੀ। ਹਰ ਬੰਦੇ 'ਚ ਇੰਨਾ ਉਤਸ਼ਾਹ ਸੀਗਾ ਵੀ ਹਰ ਘਰ 'ਚੋਂ ਹਰ ਦੁਕਾਨਦਾਰ ਇੰਨਾ ਖੁਸ਼ੀ ਮਨਾ ਰਿਹਾ ਸੀ, ਬਿੱਟੂ ਜੀ ਸਾਡੇ ਵਾਰਡ ਨੰਬਰ 58 'ਚ ਆ ਰਹੇ ਆ। ਔਰ ਉਹਨਾਂ ਨੇ ਵਿਸ਼ਵਾਸ ਦਵਾਇਆ, ਇੱਕ ਇੱਕ ਦੁਕਾਨਦਾਰ ਨੇ ਉਹਨਾਂ ਦਾ ਮਾਲਾ ਪਾ ਕੇ, ਹਾਰ ਪਾ ਕੇ, ਉਹਨਾਂ ਦੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਨੇ ਬਿੱਟੂ ਜੀ ਨੂੰ ਵਿਸ਼ਵਾਸ ਦਵਾਇਆ, ਬਿੱਟੂ ਜੀ 19 ਤਰੀਕ ਨੂੰ ਆਉਣ ਦਿਓ, ਤੁਹਾਨੂੰ ਅਸੀਂ ਦਿਖਾਵਾਂਗੇ ਵਾਰਡ ਨੰਬਰ 58 'ਚੋਂ ਇੱਕ ਇੱਕ ਬੋਰਡ, ਜਦੋਂ ਬਕਸੇ ਖੁੱਲ੍ਹਣਗੇ ਬਕਸਿਆਂ ਦਾ ਪਤਾ ਲੱਗ ਜਾਣਾ। ਵਾਰਡ ਨੰਬਰ 58 'ਚੋਂ ਨਿਊ ਮਾਧਾਪੁਰੀ, ਸੁੰਦਰ ਨਗਰ, ਕਿਰਪਾਲ ਨਗਰ 'ਚੋਂ ਤੁਹਾਡੇ ਹੱਕ 'ਚ ਹਰ ਬੰਦਾ ਵੋਟ ਪਾਏਗਾ। ਇੱਥੋਂ 6,000 ਵੋਟ ਪੋਲ ਹੋਈ ਤਾਂ 5,000 ਬਿੱਟੂ ਜੀ ਤੁਹਾਨੂੰ ਪਏਗੀ, ਤੁਸੀਂ ਇਹਦੀ ਜਿੱਤ ਦੀ ਨਿਸ਼ਚਿਤ ਰੂਪ ਰੱਖੋ ਜੀ।